ਜੀ ਨੇ ਐਸਾ ਜੀਵਨ ਸਮਰਪਿਤ ਕੀਤਾ, ਮਹਾਰਾਜ ਦੇ ਉੱਤੇ ਰਹਿ ਗਏ। ਉਦੋਂ ਗੁਰੂ ਸਾਹਿਬ ਕੋਲ ਇੱਕ ਆਗਿਆ ਮੰਗੀ ਹੈ, ਉਸ ਵੇਲੇ ਮਿਲਾਪ ਹੋਇਆ। ਇਹ ਪਹਿਲੇ ਮੇਲ ਦਾ ਜ਼ਿਕਰ, ਜਦੋਂ ਪਹਿਲੀ ਵਾਰ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਨੇ, ਫਿਰ ਹੱਥ ਜੋੜ ਕੇ ਆਗਿਆ ਮੰਗੀ, ਮਹਾਰਾਜ ਮੈਨੂੰ ਘਰ ਜਾਣ ਦੀ ਇਜਾਜ਼ਤ ਦਿਓ, ਕਿਉਂਕਿ ਬੇਨਤੀ ਕਰਾਂ ਸਿੱਖੀ ਗ੍ਰਿਸਤੀ ਦੇ ਖਿਲਾਫ ਨਹੀਂ ਹੈ। ਉਹਨਾਂ ਕਿਹਾ, ਮਹਾਰਾਜ ਮੈਂ ਪਰਿਵਾਰਕ ਜ਼ਿੰਮੇਦਾਰੀਆਂ ਪੂਰੀਆਂ ਕਰਕੇ ਆਉਂਦੀਆਂ, ਅਤੇ ਜੋ ਪਰਿਵਾਰਕ ਜ਼ਿੰਮੇਦਾਰੀਆਂ ਸਨ ਉਹਨਾਂ ਨੂੰ ਨਿਭਾਉਣ ਵਾਸਤੇ ਕੁਝ ਦਿਨਾਂ ਦੀ ਆਗਿਆ ਮੰਗੀ। ਸਤਿਗੁਰ ਪਾਤਸ਼ਾਹ ਜੀ ਘਰ ਆਏ, ਜ਼ਮੀਨ ਜਾਇਦਾਦ ਜੋ ਜਿਸ ਦੀ ਬਣਦੀ ਸੀ ਉਹਨੂੰ ਦਿੱਤੀ, ਕੰਮ ਕਾਰ ਪੁੱਤਰਾਂ ਨੂੰ ਸੌਂਪਿਆ ਵੀ ਤੁਸੀਂ ਕਿਹਨੇ ਕੀ ਸੰਭਾਲਣਾ, ਵਿੱਚੋਂ ਝਗੜੇ ਨਾ ਹੋਣ। ਅੱਛਾ ਵੇਖੋ, ਸਿੱਖੀ ਵਿੱਚ ਇੱਕ ਚੀਜ਼ ਤੁਹਾਨੂੰ ਬੜੀ ਵਧੀਆ ਮਿਲੇਗੀ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਮੈਂ ਇਹਨੇ ਸੇਨਾ ਮਾਲਕ ਹੈ, ਮੇਰੇ ਕਬਜ਼ੇ ਜਾਓ, ਤੇਰੇ ਕਬਜ਼ੇ ਜਾਓ, ਉਹਦੇ ਕਬਜ਼ੇ, ਫਿਰ ਡੇਰਿਆਂ ਦੇ ਟੁਕੜੇ ਬਣਦੇ, ਕੋਈ ਛੋਟਾ ਅਤੇ ਕੋਈ ਵੱਡਾ, ਕਿਉਂਕਿ ਕਿਸੇ ਦੀ ਹਿੰਮਤ ਹੀ ਨਹੀਂ ਆਪਣੇ ਜਿਉਂਦੇ ਜੀ ਅਗਲਾ ਜ਼ਿੰਮੇਦਾਰ ਬੰਦਾ ਥਾਪਦੇ, ਕੋਈ ਬਿਠਾਉਂਦਾ ਹੀ ਨਹੀਂ। ਜਦਕਿ ਇਹ ਨਿਯਮ ਸਿੱਖੀ ਵਿੱਚ, ਗੁਰੂ ਸਾਹਿਬ ਘਰ ਆਏ, ਜ਼ਮੀਨ ਜਾਇਦਾਦ ਸਾਂਭੀ, ਕਾਰੋਬਾਰ ਬੱਚਿਆਂ ਨੂੰ ਦਿੱਤਾ, ਆਪਣੇ ਆਪ ਵੱਲੋਂ ਪੂਰਨ ਤੌਰ 'ਤੇ ਜ਼ਿੰਮੇਦਾਰੀ ਤੋਂ ਰੁਖਸਤ ਹੋ ਕੇ ਕਿਹਾ, ਮੈਂ ਹੁਣ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਆਪਣਾ ਜੀਵਨ ਸਮਰਪਿਤ ਕਰਨਾ।